ਇਹ ਵਿਚਾਰੀ ਪਾਗਲ ਹੋਈ ਆਪਣੇ ਪਿਓ ਦੇ ਇਦਾਂ ਹੀ ਬੈਠੀ ਰਹਿ ਜਾਂਦੀ ਆ ਕੇ ਇੱਕ ਟਾਈਮ ਸੀਗਾ ਕਿ ਕੋਈ ਭਾਵੇਂ ਵੋਟ ਪਾਉਂਦਾ ਸੀ ਜਾਂ ਨਹੀਂ ਮੈਂ ਭਗਵੰਤ ਮਾਨ ਨੂੰ ਆਪ ਵੋਟ ਪਾਉਂਦੀ ਰਹੀ ਅਤੇ ਮੈਂ ਇੰਨਾ ਜਿੰਨਾ ਮੇਰਾ ਫਰੈਂਡ ਸਰਕਲ ਸੀਗੇ ਮੈਂ ਮਕਸੂਦਾ ਰਹਿੰਦੀ ਅਤੇ ਮੈਂ ਇੰਨਾ ਕਹਿੰਦੀ ਸੀ ਕਿ ਇਹ ਮੰਤਰੀ ਕੁਛ ਆ ਕੇ ਕਰੇਗਾ ਬਟ ਇਹ ਨਹੀਂ ਸੀ ਪਤਾ ਕਿ ਉਹ ਸਾਡਾ ਹੀ ਜੱਦੀ ਪੁਸ਼ਤੀ ਘਰ ਢਾਏ ਮੈਂ ਇੰਨੀ ਗੱਲ ਕਹਿੰਦੀ ਉਹ ਆਪਣਾ ਛੱਡਦਾ ਨਹੀਂ ਆਪਣਾ ਘਰ ਛੱਡਦਾ ਬਸ ਹੋਰ ਕੁਛ ਹਾਂ ਭਗਵੰਤ ਮਾਨ ਆਪਣੇ ਪਾਪਾ ਦਾ ਘਰ ਛੱਡੇ ਫਿਰ ਅਸੀਂ ਆਪਣੇ ਪਾਪਾ ਦਾ ਵੀ ਛੱਡ ਉਹਨਾਂ ਦੇ ਅੱਜ ਵੀ ਆਪਣੇ ਪਾਪਾ ਦੇ ਭਾਵੇਂ ਉਹਨਾਂ ਦੇ ਪਾਪਾ ਐਕਸਪਾਇਰ ਹੋ ਗਏ ਅੱਜ ਵੀ ਉਹਨਾਂ ਦਾ ਹੈਗਾ ਨਾ ਅਟੈਚਮੈਂਟ ਉੱਥੇ ਉਸ ਘਰ ਨੂੰ ਇਹ ਦੇਖੋ ਅਸੀਂ ਇੱਥੇ ਜੰਮੇ ਪਲੇ ਹੈ ਜਾਂ ਨਹੀਂ ਤੁਸੀਂ ਦੱਸੋ ਪਹਿਲਾਂ ਮੇਰੀ ਕੋਈ ਐਸੀ ਵੀਡੀਓ ਨਹੀਂ ਜਿਹੜੀ ਭਗਵੰਤ ਮਾਨ ਦੇ ਅਸੀਂ ਲਾਈਕ ਨਹੀਂ ਕਰਦੇ ਜਾਂ ਕਿੱਦਾਂ ਵੀ ਉਹਨਾਂ ਦੇ ਕੰਮ ਅਸੀਂ ਬੜੇ ਐਪਰੀਸ਼ੀਏਟ ਕਰਦੇ ਪਰ ਇੱਥੇ ਆ ਕੇ ਸਾਡਾ ਮਨ ਟੁੱਟ ਗਿਆ ਅੱਜ ਤੋਂ ਬਾਅਦ ਜ਼ਿੰਦਗੀ 'ਚ ਵੋਟ ਨਹੀਂ ਸੀ ਪਾਉਣਾ ਉਹਦੇ ਬਾਅਦ ਚੋ ਮੇਰੇ ਬ੍ਰਦਰ ਸੀਗੇ ਉਹ ਵੀ ਇੱਥੇ ਐਕਸਪਾਇਰ ਹੋਏ ਉਹਦੇ ਬਾਅਦ ਚੋ ਮੇਰਾ ਬਰਥ ਹੈ ਉਹਦੇ ਬਾਅਦ ਚੋ ਮੇਰੇ ਬ੍ਰਦਰ ਹੋਰ ਅਸੀਂ ਕੁਛ ਨਹੀਂ ਕਰਨਾ ਜੇ ਉਹਨਾਂ ਦੇ ਜਜ਼ਬਾਤ ਜੁੜੇ ਤੇ ਉਹਨਾਂ ਉਹ ਏਡੀ ਵੱਡੀ ਕੁਰਸੀ ਤੇ ਉਹਨਾਂ ਦੇ ਜਜ਼ਬਾਤ ਜਜ਼ਬਾਤ ਆ ਸਾਡੇ ਜਜ਼ਬਾਤ ਜਜ਼ਬਾਤ ਨਹੀਂ ਤੁਹਾਡੇ ਕਿੰਨੇ ਬੱਚੇ ਆ ਮੇਰਾ ਇੱਕ ਬੇਟਾ ਸਕੂਲ ਜਾਂਦਾ ਹਾਂਜੀ ਉਹਨੂੰ ਭੇਜ ਕੇ ਆਉਂਦੇ ਹੋ ਇੱਥੇ ਮੈਂ ਉਹਨਾਂ ਨੂੰ ਉਹਨੂੰ ਭੇਜ ਕੇ ਨਾਲ ਹੀ ਇੱਧਰ ਆ ਜਾਂਦੀ ਤੁਹਾਡੇ ਹਸਬੈਂਡ ਤੁਹਾਡਾ ਸਹੁਰਾ ਪਰਿਵਾਰ ਮੇਰੇ ਹਸਬੈਂਡ ਇਲੈਕਟ੍ਰੀਕਲ ਦਾ ਕੰਮ ਕਰਦੇ ਚਲੋ ਅੱਛੀ ਫੈਮਿਲੀ 'ਚ ਅਸੀਂ ਸੈਟਲ ਹਾਂ ਵੈਲ ਸੈਟਲ ਹਾਂ ਬਟ ਪਿੱਛੇ ਦਾ ਪਿੱਛਾ ਤਾਂ ਨਹੀਂ ਛੁੱਟਦਾ ਹੈਗਾ ਪਿੱਛਾ ਨਹੀਂ ਛੁੱਟਦਾ ਰੈਲਿਟੀ ਲਾਈਫ ਇੱਥੇ ਲਿਖੀ ਸੀ ਜੋ ਵੀ ਕੁਝ ਹੈ ਤੁਹਾਡਾ ਬਚਪਨ ਇੱਥੇ ਬਚਪਨ ਸਾਡਾ ਇੱਥੇ ਬੀਤੇ ਜਨਮ ਵੀ ਇੱਥੇ ਹੀ ਸੀਗਾ ਇੱਥੇ ਹੀ ਪੜ੍ਹੇ ਸਾਰਾ ਕੁਝ ਇੱਥੇ ਹੀ ਸੀਗਾ ਮੈਨੂੰ ਕੋਈ ਦੱਸੇ ਤੁਸੀਂ ਇੱਥੇ ਆ ਕੇ ਬੈਠਦੇ ਹੋ ਰੋਜ਼ ਹਾਂ ਮੈਂ ਰੋਜ਼ ਆ ਕੇ ਇੱਥੇ ਬੈਠਦੀ ਦੋ ਘੰਟੇ ਮੈਂ ਬੈਠ ਕੇ ਜਾਂਦੀ ਹਾਂ ਇੱਥੇ ਬੈਠਦੇ ਹਾਂਜੀ ਮੈਂ ਦੋ ਘੰਟੇ ਇੱਥੇ ਅੰਦਰ ਆ ਕੇ ਬੈਠ ਕੇ ਮਨ ਭਰ ਲੈਂਦੀ ਆਪਣੇ ਮੰਮੀ ਪਾਪਾ ਨੂੰ ਨਹੀਂ ਦੱਸੀਦਾ ਕਿ ਫਿਰ ਵੀ ਉਹਨਾਂ ਨੂੰ ਸਾਰਾ ਹੀ ਦੇਈਦਾ ਲੱਗਦਾ ਬਣੂ ਬਣ ਕੇ ਇੱਥੇ ਘਰ ਬਾਕੀ ਉਹਨਾਂ ਦੀ ਮਰਜ਼ੀ ਹੈ ਜਗ੍ਹਾ ਤੇ ਭਾਵੇਂ ਜਿੰਨੀਆਂ ਮਰਜ਼ੀ ਸਾਰਾ ਅਸੀਂ ਬਣਾ ਲਾਂਗੇ ਪਰ ਜਜ਼ਬਾਤ ਜ਼ਿੰਦਗੀ ਉਹ ਚੀਜ਼ ਇੱਥੇ ਨਹੀਂ ਨਾ ਆਉਣੀ ਫਿਰ ਉੱਥੇ ਜਿੱਦਾਂ ਮਰਜ਼ੀ ਮਕਾਨ ਤੇ ਕਹਿੰਦੇ ਇਨਸਾਨ ਬਹੁਤ ਬਣਾ ਲੈਂਦਾ ਪਰ ਜਿੱਥੇ ਆਪਾਂ ਅਟੈਚ ਹੋਈਏ ਉਹ ਚੀਜ਼ ਨਹੀਂ ਬਣਦੀ ਤੁਹਾਡੀਆਂ ਕਿਹੜੀਆਂ ਯਾਦਾਂ ਤੁਹਾਨੂੰ ਚੇਤੇ ਆਉਂਦੀਆਂ ਨੇ ਉਰੇ ਆ ਕੇ ਹੁਣ ਦੁਬਾਰਾ ਸਰ ਇੱਥੇ ਛੱਪੜ ਹੁੰਦੇ ਸੀਗੇ ਆ ਸਾਰੇ ਅੱਗੇ ਸਾਰਾ ਛੱਪੜ ਹੁੰਦਾ ਸੀਗਾ ਸਾਰਾ ਕੱਚਾ ਸੀਗਾ ਇਹ ਬਹੁਣੀ ਆਬਾਦ ਹੋਈਆਂ ਚੀਜ਼ਾਂ ਚਿੜੀ ਦਾ ਆਲਣਾ ਟੁੱਟੇ ਨਾ ਤੇ ਉਹ ਚੀਕਦੀ ਹੈ ਤੇ ਇਹ ਤਾਂ ਫਿਰ ਵੀ ਸਾਡੇ ਘਰ ਟੁੱਟੇ ਆ ਦੇਖ ਕੀ ਨਾਂ ਤੁਹਾਡਾ ਸਰ ਮੇਰਾ ਨਾਮ ਕਰਮਜੀਤ ਕਰਮਜੀਤ ਕੌਰ ਤੇ ਤੁਹਾਡੇ ਪਾਪਾ ਜੀ ਦਾ ਕਸ਼ਮੀਰ ਸਿੰਘ ਪਹਿਲਾਂ ਮਕਾਨ ਇੱਥੇ ਸਾਡਾ ਹੀ ਸੀ ਉਧਰੋਂ ਟੁੱਟ ਖਾਲੀ ਹੋ ਜਿੱਥੇ ਉਹਨਾਂ ਨੇ ਬਚਪਨ ਨੂੰ ਬਤਾਇਆ ਤੇ ਕੀ ਮੈਥੋਂ ਗਿਆ ਉਹ ਸੋਚ ਕੇ ਹੀ ਦੇਖਣ ਸਾਡਾ ਤੇ ਟੁੱਟ ਗਿਆ ਸੋਚ ਕੇ ਦੇਖਣ ਪਰ ਹੁਣ ਤਾਂ ਹੋ ਗਿਆ ਸਰ ਹੋ ਗਿਆ ਜੇ ਉਹ ਜਜ਼ਬਾਤੀ ਵੀ ਸੀ ਜਾਂ ਨਹੀਂ ਸੀ ਹੁਣ ਕੀ ਸੋਚਣਾ ਉਹਨਾਂ ਅਸੀਂ ਤੇ ਇੱਥੇ ਰਹਿੰਦੇ
ਲੱਗਦਾ ਵੀ ਇਹ ਜਿਹੜੇ ਮੈਨੂੰ ਸਿਆਸਤਦਾਨ ਹੁੰਦੇ ਨੇ ਵੀ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਹੁੰਦਾ ਪਤਾ? ਮੈਨੂੰ ਇੰਨਾ ਪਤਾ ਕਿ ਉਹ ਭਗਵੰਤ ਮਾਨ ਸਾਹਿਬ ਸੋਚਣਗੇ ਜ਼ਰੂਰ। ਮੈਨੂੰ ਭਗਵੰਤ ਮਾਨ 'ਤੇ ਆਸ ਹੋਰ ਕਿਸੇ ਸਰਕਾਰ 'ਤੇ ਕਿਸੇ ਦੇ ਨਹੀਂ। ਅੱਜ ਤੱਕ ਜਦੋਂ ਵੀ ਜਦੋਂ ਦੀ ਆ ਪਾਰਟੀ ਆਈ ਸੀ ਨਾ ਕਿ ਉਦੋਂ ਦੀ ਵੋਟ ਮੈਂ ਉਹਨਾਂ ਨੂੰ ਹੀ ਪਾਉਂਦੀ ਸੀ। ਇੱਥੋਂ ਤੱਕ ਵੀ ਮੈਂ ਉਹਨਾਂ ਦੀ ਜਦੋਂ ਫਸਟ ਟਾਈਮ ਸਾਡੇ ਵੱਲ ਆਏ ਸੀ ਤਾਂ ਮੈਂ ਉਹਨਾਂ ਦੀ ਪਾਰਟੀ 'ਚ ਜੁਆਇਨ ਵੀ ਕੀਤਾ ਸੀਗਾ ਆਪਣੇ ਨੰਬਰ ਅਕੋਰਡਿੰਗ। ਮੈਨੂੰ ਮੈਸੇਜ ਵਗੈਰਾ ਹਜੇ ਵੀ ਆ ਰਹੇ। ਫੋਨ 'ਤੇ ਜੁਆਇਨ ਕੀਤਾ ਸੀਗਾ? ਹਾਂਜੀ ਮੈਂ ਫੋਨ 'ਤੇ ਸਰ ਜੁਆਇਨ ਕੀਤਾ ਸੀ। ਮੈਂ ਵਰਕਿੰਗ ਦਾ ਕੰਪੇਨ 'ਤੇ ਵੀ ਜਾਂਦੇ ਹੁੰਦੇ ਸੀ ਪ੍ਰਚਾਰ 'ਤੇ ਵੋਟਾਂ ਵੇਲੇ ਜਾਂ ਕਿਸੇ ਨੂੰ ਕਹਿੰਦੇ ਵੀ ਸੀਗੇ? ਮੈਂ ਸਾਰਿਆਂ ਨੂੰ, ਮੈਂ ਜਿੱਦਾਂ ਕਹਿੰਦਾ ਨਾ ਇੱਕ ਸਾਇਲੈਂਟ ਬੰਦਾ ਕੰਮ ਕਰਦਾ, ਮੈਂ ਸਾਇਲੈਂਟ ਕਰਦੀ ਸੀ। ਘੱਟੋ ਘੱਟ ਮੇਰੇ ਸਾਈਡ ਦੀ ਮੇਰੇ ਹਿਸਾਬ ਨਾਲ 250 ਵੋਟ ਸਾਡੀ ਹੋਣੀ। ਜਿੰਨੀਆਂ ਮਰਜ਼ੀ ਸਰਕਾਰਾਂ ਆਉਂਦੀਆਂ ਸੀ, ਜੋ ਮਰਜ਼ੀ ਅੰਤ ਤੋਂ ਕਹਿੰਦੀਆਂ ਸੀ, ਅਸੀਂ ਬਸ ਇਹੀ ਸੋਚਿਆ ਸੀ ਕਿ ਜਿੰਨਾ ਸਾਡਾ ਸਰਕਲ ਆ ਅਸੀਂ ਇਹਨਾਂ ਨੂੰ ਵੋਟ ਪਾਵਾਂਗੇ। ਕਿਉਂਕਿ ਇੱਕ ਯੂਥ ਦੀ ਸਰਕਾਰ ਅਸੀਂ ਸਮਝਿਆ ਸੀ ਕਿ ਇਹ ਯੂਥ ਦੀ ਸੁਣੇਗੀ।